कैंसल हो गया तो हूँ बस दो घंटे तक घर चल जाना। अगे थानू एक वीडियो क्लिप भी दिखा लाँगे ओंकार बाई जी के सिंगिंग टैलेंट का। ये जो टैलेंट है ना बहुत छुपे हुए है, जे टैलेंट निकल के बाहर आ गए ना तो तुम परेशान हो जाना भी वाकई यार इन्ना टैलेंट अपने एरिए नंगल डैम एरिए। ठीक है जी, बाकी हम मैं इधर भैन को आया वा तो भांजा खड़ा ही ना इतने सुन दे कुछ। ओए चल सुना उची बोलो उची। इको कप सेटर है लगता पूरे नी मा नी है आ मुलत दुनी सब अगे अगे नहीं आता है जी। नर्सरी जी पढ़ना पे आए हैं हूँ तो पता नहीं कि चल पी हुई प्री नर्सरी फलाना पता नहीं अगे तो अगे यार इन्हें स्कूल वाले ने खर्चे बड़े बताए। देख लो क्या क्लास है इन्हों की, हजे नर्सरी च नहीं है हजे पहले साल पाया है। इन्हों दी फीसा देखोगे ना इतने एम आर आई सिटी कोई स्कूल है बलाचौर तो उत्थे इनिया अगर फीसा इन दया मैं कहना 20,000 रुपया वो दिता तो 4,000 रुपये महीने की वो जाया कर दी लोह भी बीता पे। मैं कहना नर्सरी जी इन्ने मैं साढ़ा पूरे साल से इन्ना खर्चा होंगे था जिन्ना ही था दो महीने चो ए करता और इदा ही है टाइम टाइम की गल होंगी असी करते भी 25 साल पुरानी गल पे फर्क है। तो बाकी हम तुम एक अगे क्लिप दिखा लेते हैं नजारी होनहार DSP सरदार गोगी सिंह महाराज ब्रह्म ग्ञानी श्री 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 152 आ 153 आ 1008 जरा सा झूम लूं मैं अरे नारे नारे ना आ तुझे झूम लूं मैं अरे नारे नारे ना मैं साली अरे नारे नारे ना।
हमने तुमको दिल से दे दिया, से भी न पूछा कौन हो तुम। वो फैसला जो दिल ने किया, वो फैसला जो दिल ने किया, वो फैसला जो दिल ने किया था, से भी न पूछा कौन हो तुम। हमने ही तुमको दिल दे दे दिया, बिना पूछा कौन तुम। तेरमा सुर चक, तेरमा ला, तेरमा। जे बिना पूछा कौन हो तुम। तुम मेरा जना बड़ा लंबा तू जे भी। हां जी भाई मुंडे हो, हुण आए थे असि इधर नंगल, ते नंगल आए सी, ये काम थोड़ा एल है उधर बैंक बोंक दा काम सीगा, ਉਹ ਹੋ ਗਿਆ ਕੰਪਲੀਟ। ਅਤੇ ਆਪਣਾ ਹੁਣ ਅਸੀਂ ਆਏ ਵੇ ਗੱਡੀ ਪਿੱਛੇ ਸ਼ਿਵਾਲਿਕ ਕੋਲਜ ਵਾਲੇ ਲਿਖਾਉਣ, ਯੂਟਿਊਬ ਦਾ ਸੈਨ ਪਾਉਣ, ਬਾਕੀ ਲੋਕ ਵੀ ਜਿੱਦਾਂ ਲਿਖਵਾਉਂਦੇ ਆ ਨਾ, ਚਲੋ ਮੈਂ ਕਿਹਾ ਆਪਾਂ ਵੀ ਲਿਖਾ ਲੈਂਦੇ ਹਾਂ ਤਾਂ ਕਿਹਾ ਜਾਂਦਾ, ਚਲੋ ਬਾਕੀ ਲਿਖਾਉਂਦੇ ਹਾਂ। ਅਤੇ ਹੁਣ ਪੀਣ ਲੱਗੇ ਬਾਈ ਆਪਾਂ, ਮੈਂ ਨਾਲੇ ਪਾਦੇ ਫੁੱਲੀ ਜੀ ਵੀਰ ਜੀ ਆਏ ਸੀਗੇ। ਯੋਸ ਹੁਣ ਕਿਆ ਪੀਣ ਲੱਗੇ ਮਹਾਰਾਜ? ਸ਼ੇਖ ਕਰੋ ਗੱਲਾਂ ਫਿਰ। ਅੱਜ ਬਾਈ ਚੱਲਿਆ ਕਰਦੀ ਲੜਾਈ ਸਾਡੀ ਟੋਇਟਾ ਵਰਸਿਸ ਮਰੂਤੀ ਸੁਜ਼ੂਕੀ। ਤੇ ਗੱਲਾਂ ਹੈਗੀ ਆ ਏਦਾਂ, ਇਹ ਕਹਿੰਦਾ ਵੀ ਜਿੱਦਾਂ ਭਰਾ ਕੋਲੋਂ ਗੱਡੀ ਆ ਆਪਣੇ ਕੋਲ ਫੋਰਚੂਨਰ, ਤਾਂ ਇਹ ਕਹਿੰਦਾ ਵੀ ਉਹ ਇੰਨੀ ਚੱਲ ਗਈ ਵੀ 1.5 ਲੱਖ ਚੱਲ ਗਈ, ਵੀ ਤੇਰੀ ਦੇਖ ਲੈ 55,000 ਚੱਲੀ ਵੀ ਜੈਨੂ ਹੈ ਨਾ, ਵੀ ਆਪਣਾ ਤੇਰੀ ਦੇਖ ਕੇ ਦਵਾਜਾ ਕਰਦੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਵੀ ਮੇਰੀ ਗੱਡੀ ਮੈਂ ਜਿੱਦਾਂ ਮੇਨਟੇਨ ਨਹੀਂ ਕਰਕੇ ਰੱਖੀ, ਵੀ ਪਹਿਲਾਂ ਮੇਨਟੇਨ ਕਰਕੇ ਰੱਖੋ ਯਾਰ, ਮੇਨਟੇਨ ਦੀ ਗੱਲ ਠੀਕ ਹੈ ਵੀਰਾ ਜੀ। ਮੇਰੇ ਕਹਿਣ ਦਾ ਮਤਲਬ ਕਿ ਮਰੂਤੀ ਗੱਡੀ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ, ਟੋਇਟਾ ਦੀ ਸਸਪੈਂਸ਼ਨ ਬਹੁਤ ਟੌਪ ਦੀ ਹੈ ਵੀਰੇ, ਹਰ ਘਰ ਜਿਹੜਾ ਮੀਡੀਆ 4-4 ਲੱਖ ਕਿਲੋਮੀਟਰ ਚੱਲੇ ਦੇ ਬਾਅਦ ਵੀ ਆਵਾਜ਼ ਨਹੀਂ ਆਉਂਦੀ ਗੱਡੀ ਦੀ, ਇਹਦੀ ਪਰ ਇੰਜਣ ਦੀ ਆਵਾਜ਼ ਨਹੀਂ ਆਉਂਦੀ, ਇਹ ਗੱਡੀ ਲੱਖ ਚੱਲ ਗਿਆ ਦੱਸੂਗਾ ਮੈਂ ਦੱਸਦੀ, ਇਹ ਗੱਡੀ ਦਾ ਇੰਜਣ ਲੱਖ ਚੱਲ ਗਿਆ ਆਵਾਜ਼ਾਂ ਕਰਨ ਲੱਗ ਪੈਂਦਾ। ਮੇਰੀ ਗੱਲ ਦਾ ਮਤਲਬ ਉਹ ਵੀ 6-7 ਲੱਖ ਕਿਲੋਮੀਟਰ ਇੰਜਣ ਚੱਲਦੇ ਟੋਇਟਾ ਦੇ। ਮੇਰਾ ਕਹਿਣ ਦਾ ਮਤਲਬ ਪਤਾ ਕਿਆ ਥਾ, ਹਰ ਘਰ ਦੀ ਪਸੰਦ ਕਿਹੜੀ? ਮਰੂਤੀ। ਕਿਹੜੇ ਘਰ ਦੀ? ਹੋ ਗਿਆ ਟਾਈਮ ਮਰੂਤੀ ਵਾਲਾ, ਜਾਂ ਲੋਕੀ ਕਹਿੰਦੇ ਮਰੂਤੀ ਲੈ ਲਓ, ਰੀਸੇਲ ਵੈਲਿਊ ਹੈ ਨਹੀਂ, ਫਲਾਨਾ ਹੈ ਨਹੀਂ, ਵੀਰਾ ਹੁਣ ਨਹੀਂ ਦੇਖਦਾ ਕੋਈ, ਅਗਲਾ ਕਹਿੰਦਾ ਗੱਡੀ ਲਓ ਜਿਹੜੀ ਖਰੀ ਹੈ ਵੀਰੇ। ਹੁਣ ਰੋਡ ਪਰ ਦੇਖ ਲੈ ਵੈਲਿਊ, ਕਹਿੰਦੇ ਰੋਡ ਪਰ ਦੇਖ ਲਓ ਤੁਸੀਂ, ਜੇ ਸੋਚੋ 40% 50% ਗੱਡੀਆਂ ਮਰੂਤੀ ਦੀਆਂ ਲਿਖਣੀਆਂ, ਮਰੂਤੀ ਦੀਆਂ ਕਿਹੜੀਆਂ ਦੇਖੇ ਕਰਦੀਆਂ ਮਰੂਤੀ ਦੀਆਂ? ਉਹ ਦੇਖ ਮਰੂਤੀ ਦੀ ਬੈਨ, ਆਹ ਦੇ ਮਰੂਤੀ ਦੀ ਸਵਿਫਟ, ਉਹ ਜੈਨਾ ਪੁਰਾਣੀਆਂ, ਉਹ ਜੈਨ, ਉਹ 2000 ਮਾਡਲ ਗੱਡੀਆਂ ਆਏ ਇਹ ਵੀਰੇ, ਗੱਡੀਆਂ ਤਾਂ ਗੱਡੀਆਂ ਹੀ ਆ ਨਾ, ਪਹਿਲਾਂ ਮਰੂਤੀ ਹੋਈ ਆਉਂਦੀ, ਹੋਰ ਆਉਂਦੀ ਨਹੀਂ ਸੀ ਕੋਈ ਵੀ, ਹੁਣ ਕੀ ਆ ਗਈਆਂ ਹੰਡਈ ਦੇ 0-star ਰੇਟਿੰਗ ਗੱਡੀਆਂ ਗਈਆਂ, 2-2 star ਰੇਟਿੰਗ ਗੱਡੀਆਂ, ਉਹ ਯਾਰ ਚੀਜ਼ ਹੈ ਭੈਣ, ਜਿੱਥੇ 7-8 ਲੱਖ ਲੈਂਦੇ ਅਗਲੇ, ਵਿੱਚ ਫੰਕਸ਼ਨ ਵਧ ਕਿੰਨੇ ਦਿੰਦੇ, ਲੈ ਫੰਕਸ਼ਨ ਵੀ ਵਧ ਕਿੰਨੇ ਟੋਕ ਦਿੰਦੇ, ਤਾਂ ਕਿ ਇੰਟੀਰੀਅਰ ਲਗਾ ਭੈਣ ਚਲੇ ਤੁਸੀਂ ਮੇਰਾ ਮਨ ਦੋ ਤੁਸੀਂ ਵੀਰੇ, ਆਹ ਗੱਡੀ ਮਜ਼ਬੂਤ ਹੈ ਜਾਂ ਪੁਰਾਣੀ ਨਵੇਂ ਨਾਲੋਂ? ਨਹੀਂ ਫੋਰਡ ਫੀਗੋ, ਫੋਰਡ ਕੋਡ, ਫੋਰਡ ਵੀ ਕੋਡ ਹੀ ਹੈ ਬਾਈ, ਮੇਰਾ ਗੱਡੀ ਹੈਗੀ ਟਿਓਟਾ। ਮੇਰੀ ਪਸੰਦ ਪਤਾ ਕਿਹੜੀ ਸੀਗੀ? ਮੇਰੀ ਪਸੰਦ ਸੀ ਅੰਡੈਵਰ, ਅੰਡੈਵਰ ਟੋਪ ਦੀ ਗੱਡੀ ਹੈ ਮਹਾਰਾਜ, ਅੰਡੈਵਰ ਬੇਕਾਰ ਹੈ, ਗੱਡੀ ਵਧੀਆ ਹੈ ਕੰਪਨੀ ਬੇਕਾਰ। ਤੁਹਾਨੂੰ ਪਤਾ ਕਿਹੜੀ ਖਰੀ ਲੱਗਦੀ? ਜਿਹੜੀ ਨਹੀਂ ਲਈ ਵੀ ਹੁੰਦੀ ਨਾ, ਜਿੱਦਾਂ ਹੁਣ ਹੰਡੇ, ਮੈਂ ਕੋਈ ਨਹੀਂ ਲਈ, i20 ਕੋਈ ਦੇ ਕੋਲ, ਮੈਂ ਕੋਈ ਨਹੀਂ ਲਈ, ਹੈ ਇਹਨਾਂ ਉਹਦੀਆਂ ਸਿਫਤਾਂ ਕਰ ਕਰਕੇ ਥੱਕ ਜਾਣਾ ਬਾਈ ਜੀ, ਜਿੱਦੇ ਮਰਜ਼ੀ ਪੁੱਛ ਲਿਓ, ਜਿਹਦੇ ਕੋਲ i20 ਨਹੀਂ ਮੰਗੂ ਮੇਰੇ ਵੀਰੇ, ਉਹ ਜਦ ਸਵਿਫਟ ਖੜ ਜਾਂਦੀ ਨਾ, ਜਿਹਦੇ ਕੋਲ i20 ਹੋ ਜਾਂਦੀਆਂ ਹੰਡਾਈ ਵੀ ਨਹੀਂ ਵੀ ਹੈਗੀ, ਉਹਦੇ ਪੁੱਛ ਲਈ। ਬਾਕੀ ਸਾਡੀ ਤਾਂ ਬਹਿਸ ਬਸਾਈ ਅੱਜ ਤੇ ਨਹੀਂ, ਜਨਮਾਂ ਦੇ ਚੱਲਿਆ ਕਰਦੀਆਂ, ਮੇਰੇ ਕਹਿਣ ਦਾ ਮਤਲਬ 12 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ, ਇਸ ਹਰਾਮਜ਼ਾਦੇ ਦੀ ਪਹਿਲੀ ਗੱਡੀ ਪਤਾ ਕਿਹੜੀ ਸੀ? ਜੈਨ, ਜਿਹਦੇ ਪਰ ਅਸੀਂ ਸਾਰੇ ਹੈਵੀ ਡਰਾਈਵਰ ਬਣੇ ਵੇ। ਅੱਜ ਤੋਂ ਸ਼ਿਵਾਲਿਕ ਕਾਲਜ ਜਦ ਅਸੀਂ ਪੜ੍ਹਦੇ ਸੀ, ਸਾਡੇ ਇੱਕ ਕੋਲ ਗੱਡੀ ਸੀ ਮਾਨ ਸਾਹਿਬ ਕੋਲ, ਤਾਂ ਅਸੀਂ ਦੇਖ ਲੈ ਸਾਰਿਆਂ ਨੇ ਗੇੜੀਆਂ ਪਰ ਗੇੜੀਆਂ ਮਾਰਨੀਆਂ, ਜੈਨ ਹੁੰਦੀ ਸੀ ਯਾਰ 60,000 ਦੀ ਲਈ ਦੀ, 70 ਦੀ ਲਈ ਦੀ, 70 ਦੀ ਜੈਨ ਲਿਆਂਦੀ। ਆਹ ਦੇਖੋ ਜੀ ਨੰਗਲ ਡੈਮ ਆ ਗਏ, ਤੁਸੀਂ ਨੰਗਲ ਡੈਮ ਦਾ ਆਨੰਦ ਲਓ। ਵਾਹ ਜੀ ਵਾਹ, ਸਾਡੀ ਤਾਂ ਬਹਿਸ ਵਸਾਈ ਹੈ ਜੀ, ਵਾਹ ਜੀ ਵਾਹ, ਨੰਗਲ ਡੈਮ ਦੇ ਆਨੰਦ। ਪਰ ਜਿਹੜੀ ਅਸੀਂ ਗੱਲ ਕੀਤੀ ਸੀਗੀ ਨਾ ਪਿਛਲੀ ਵੀਡੀਓ ਨੂੰ, ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ, ਤੇ ਤੁਸੀਂ ਦੇਖ ਹੀ ਸਕਦੇ ਹੋਣੇ ਆ ਨੰਗਲ ਡੈਮ, ਘਰ ਵਾਲਾ ਤੇ ਘਰ ਵਾਲੀ ਸਟੇਜ ਤੇ ਆ ਗਏ। ਵਾਹ ਜੀ ਵਾਹ, ਵਾਹ ਜੀ ਵਾਹ, ਮੁੰਡਾ ਸਾਰੇ ਲੱਗਣ ਵਾਲੀਆਂ, ਵਾਹ ਜੀ ਵਾਹ, ਵਾਹ ਜੀ ਵਾਹ, ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋਣ ਵਾਲਾ, ਵਾਹ ਜੀ ਵਾਹ, ਵਾਹ ਜੀ ਵਾਹ, ਦੇਖੋ ਜੀ ਵਾਹ ਜੀ ਵਾਹ। ਹਾਂ ਆ ਦੱਸ ਨਾ ਪਾਣੀ ਆ, ਦੇਖ ਆ ਪਾਣੀ ਮਿਲ ਕਰਦਾ, ਛਿਲ ਮਿਲ ਛਿਲ ਮਿਲ, ਦੇਖੋ ਪਾਣੀ ਕਿਦਾਂ ਉਬਲਦਾ, ਗਰਮ ਪਾਣੀ ਹੈ ਇਹ ਭਾਈ, ਚਿਲਡ ਪਾਣੀ ਹੈ, ਚਿਲਡ ਪੂਰਾ, ਦੇਖਿਆ ਕਿਦਾਂ ਉਬਲਦਾ।
ਇਹ ਹੈ ਨੰਗਲ ਡੈਮ ਦੀ ਖੂਬਸੂਰਤੀ ਆਹ ਦੇਖੋ ਜੀ ਨੰਗਲ ਡੈਮ ਉਹ ਦੇਖੋ ਮੇਰੇ ਵੀਰੇ ਉਹ ਬ੍ਰਿਜ ਬਣ ਰਿਹਾ ਜਿਹੜਾ ਸਾਹਮਣੇ ਬ੍ਰਿਜ ਉਹ ਬ੍ਰਿਜ ਬਣ ਰਿਹਾ ਸਾਹਮਣੇ ਰਾਣੇ ਦਾ ਪੁੱਲ ਜਿਹੜਾ देख लो मेरे भरावो 100 साल हो गया होना डैम बने नू आजा भी उस तरह मजबूत है जे कि साढ़े का बनाया हों चलो ठीक है जी मिलते हैं फिर अज के दिन की करते हैं ब्लॉग की समाप्ति शिवाले कॉलेज नया नंगल दे उते ठीक है जी अज बन गया 10-15 मिनट का ब्लॉग बन गया बाकी शिवाले कॉलेज दे हुण करदे आ समाप्ति शिवाले कॉलेज पर ही करनी समाप्ति बड़े रंग रूप ते अपना हुण देखो जी कॉलेज किन्ना वधिया बनाता नहीं तां साडी वार नूं तां एदां ही इट्टां ही दिखदियां सीगियां होर कुछ नहीं दिखदा सा बाकी सब ठीक ठाक है जी ते मेरा वीर इक सारे इक जणा गल दस्सियो यार भी मैं रिव्यू बना रिव्यू करिया करां गड्डियां दे ते जे करिया करां तां मैनूं मैं कमेंट कर दियो ते फिर मैं जिदा अपने को गड्डियां हैगियां 5-6 गड्डियां ते अपने भरावां कोल बाकी होर गड्डियां हैगियां ते अपना रिव्यू बनाया करांगे ते आ देखो जी छबील लगी भी छबील मोजवाल ते अज छबील लगी है भाजी वाह ते अज श्री धन श्री गुरु अर्जन देव जी शहीदी दिहाड़ा है शहीदी दे ते शहीदी दिहाड़ा है जी उहदे पर फिर हर एक दिन ने छबील का लंगर लाया करते हैं ब्लॉग की समाप्ति ठीक है जी।